ਜਿਹੜੀ ਘਟਨਾ ਕਿਵੇਂ ਵਾਪਰੀ ਔਰ ਤੁਹਾਡਾ ਕੀ ਸੰਬੰਧ ਸੀ ਪਰਿਵਾਰ ਦੇ ਨਾਲ? ਪਰਿਵਾਰ ਦੇ ਨਾਲ ਮੇਰਾ ਬੜਾ ਨਜ਼ਦੀਕੀ ਸੰਬੰਧ ਹੈ ਜੀ। ਸੂਰਜ ਵੀ ਸਾਡਾ ਭਤੀਜਿਆਂ ਜਿਹਾ ਲੱਗਦਾ ਸੀ ਅਤੇ ਇਹ ਐਤਵਾਰ ਨੂੰ ਤਕਰੀਬਨ 12 ਵਜੇ ਇੱਥੋਂ ਗਏ ਆ ਪਿੰਡੋਂ ਆਪਦੀ ਭੂਆ ਜੀ ਕੋਲ ਪਰਮਪੁਰ ਉਹਨਾਂ ਨੂੰ ਮਿਲਣ ਵਾਸਤੇ, ਕਿਉਂਕਿ ਇਹਦਾ ਤਕਰੀਬਨ 2-2.5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਇਹਨਾਂ ਦੀ ਭੈਣ ਜਿਹੜੀ ਮਨਵੀਰ ਹੈ ਉਹ ਕੈਨੇਡਾ ਤੋਂ ਆਈ ਸੀ, ਉਹਨੇ ਵਾਪਸ ਕੈਨੇਡਾ ਜਾਣਾ ਸੀ ਅਤੇ ਇਸ ਲਈ ਪਰਿਵਾਰ ਕੋਲ ਰਿਸ਼ਤੇਦਾਰੀਆਂ 'ਚ ਉਸ ਧਾਰਮਿਕ ਸਥਾਨਾਂ 'ਤੇ ਦਰਸ਼ਨ ਕਰਨ ਵਾਸਤੇ ਗਏ ਸੀ। ਜਦੋਂ ਉਸ ਤੋਂ ਇੱਕ ਦਿਨ ਸੋਮਵਾਰ ਉੱਥੇ ਰਹੇ, ਮੰਗਲਵਾਰ ਨੂੰ ਸੁਬਾਹ ਪਹਿਲਾਂ ਟੈਲੀਫੋਨ ਆਇਆ ਵੀ ਅਸੀਂ ਅੱਜ ਨਹੀਂ ਆਵਾਂਗੇ, ਪਿੰਡ ਇੱਥੇ ਰਹਾਂਗੇ, ਅਸੀਂ ਕੋਈ ਹੋਰ ਜਗ੍ਹਾ 'ਤੇ ਦਰਸ਼ਨ ਕਰਨ ਜਾ ਰਹੇ ਹਾਂ। ਔਰ ਫਿਰ ਪਤਾ ਨਹੀਂ ਕਿਵੇਂ ਅਚਾਨਕ ਉਹਨਾਂ ਨੇ ਫੈਸਲਾ ਬਦਲ ਕੇ ਤਕਰੀਬਨ 12 ਵਜੇ ਵਾਪਸੀ ਕਰ ਲਈ ਅਤੇ ਘਰ ਤੋਂ ਮੈਂ 10-12 ਕਿਲੋਮੀਟਰ ਆਏ ਹੋਣਗੇ ਅਤੇ ਜਦੋਂ ਇਹ ਸਰਕਾਰੀ ਗੌਰਮੈਂਟ ਬੱਸ ਦੇ ਨਾਲ ਮੰਦਭਾਗੀ ਘਟਨਾ ਵਾਪਰ ਗਈ। ਇਹ ਵਾਕਿਆ ਕਦੋਂ ਦਾ ਜੀ? ਇਹ ਕੱਲ੍ਹ ਮੰਗਲਵਾਰ ਤਕਰੀਬਨ 12:30-12:30 ਦੇ ਦਰਮਿਆਨ ਹੋਇਆ। ਕਿੱਥੇ ਹੋਇਆ ਜੀ ਵਾਕਿਆ? ਇਹ ਗੰਗਾ ਨਗਰ ਤੋਂ ਅੱਗੇ ਪਰਮਪੁਰ ਰੋਡ 'ਤੇ ਹੋਇਆ ਜੀ। ਪਰਿਵਾਰ ਦੇ ਕਿੰਨੇ ਮੈਂਬਰ ਸੀ ਜੀ, ਕਿੰਨੇ ਸੁਰੱਖਿਅਤ? ਪਰਿਵਾਰ ਦੇ 5 ਮੈਂਬਰ ਸੀ ਜੀ। ਸੂਰਜਵੀਰ ਆਪ ਡਰਾਈਵ ਕਰ ਰਿਹਾ ਸੀ, ਨਾਲ ਉਹਦੀ ਪਤਨੀ ਮਨਦੀਪ ਕੌਰ ਸੀ, ਇੱਕ ਮਾਤਾ ਕੁਲਦੀਪ ਕੌਰ, ਉਹਦੀ ਭੈਣ ਮਨਵੀਰ ਕੌਰ ਅਤੇ ਉਹਨਾਂ ਦੀ ਛੋਟੀ ਬੇਟੀ ਭੈਣ ਦੀ, ਉਹਦੀ ਸੂਰਜਵੀਰ ਦੀ ਭਾਣਜੀ ਜਿਹੜੀ ਮੈਰਿਜ 1 ਸਾਲ ਦੀ ਸੀ। 5 ਪਰਿਵਾਰ ਦੇ ਜੀ ਸੀ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਅਤੇ ਮਨਵੀਰ ਕੌਰ ਜ਼ਿਲ੍ਹੇ ਇਲਾਜ ਹਸਪਤਾਲ 'ਚ ਦਾਖਲ। ਸਾਨੂੰ ਪਤਾ ਲੱਗਿਆ ਇਸ ਬੱਚੀ ਦਾ ਜਨਮ ਦਿਨ ਵੀ ਸੀ, ਕੈਨੇਡਾ ਤੋਂ ਆਏ ਹੋਏ। ਉਹਨਾਂ ਦਾ ਕੱਲ੍ਹ ਜਨਮ ਦਿਨ ਸੀ, ਇਸੇ ਕਰਕੇ ਉਹਨਾਂ ਨੇ ਉਹ ਜਿਹੜਾ ਰਹਿਣ ਦਾ ਪ੍ਰੋਗਰਾਮ ਕੈਂਸਲ ਕਰਕੇ ਵੀ ਅਸੀਂ ਇੱਕ ਜਨਮ ਦਿਨ ਇੱਕ ਸਾਡੇ ਕੋਲ ਟਾਈਮ ਥੋੜ੍ਹਾ ਅਤੇ ਤਾਂ ਹੀ ਸ਼ਾਇਦ ਉਹਨਾਂ ਨੇ ਆਉਣ ਦਾ ਪ੍ਰੋਗਰਾਮ ਬਣਾ ਲਿਆ, ਕੈਂਸਲ ਕਰਤਾ ਜਿਹੜਾ ਰਹਿਣ ਦਾ ਪ੍ਰੋਗਰਾਮ ਸੀ। ਸਰਕਾਰ ਤੋਂ ਕੀ ਮੰਗ ਕਰਦੇ ਹੋ, ਕਿਉਂਕਿ ਜਿਹੜੀ ਮੰਦਭਾਗੀ ਘਟਨਾ ਇੱਕ ਡਰਾਈਵਰ ਤੋਂ ਹੋਈ ਉਹ ਵੀ ਸਰਕਾਰੀ ਬੱਸ? ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ, ਕਿਉਂਕਿ ਜਦੋਂ ਅਸੀਂ ਮੌਕੇ 'ਤੇ ਜਾ ਕੇ ਸਾਡੇ ਰਿਸ਼ਤੇਦਾਰ ਅਸੀਂ ਆਪ ਸਾਰੇ ਜਾ ਕੇ ਉੱਥੋਂ ਪੜਤਾਲ ਕੀਤੀ ਵੀ ਇਹਦਾ ਵਜ੍ਹਾ ਕੀ ਬਣੀ ਹੈ ਅਤੇ ਸਾਨੂੰ ਪਤਾ ਲੱਗਿਆ ਵੀ ਕਿ ਡਰਾਈਵਰ ਸਿਰਫ 2 ਦਿਨ ਵਾਸਤੇ ਉੱਥੇ ਆਇਆ ਸੀ ਡਿਊਟੀ 'ਤੇ, ਜਿਹੜਾ ਕਿ ਅਨਟ੍ਰੇਨਡ ਸੀ ਅਤੇ ਫੋਨ ਦੀ ਵੀ ਵਰਤੋਂ ਕਰ ਰਿਹਾ ਸੀ, ਦੱਸਣ ਮੁਤਾਬਕ ਹੈ, ਅਤੇ ਉਸ ਲਈ ਉਹਨੇ ਰੋਂਗ ਸਾਈਡ 'ਤੇ ਜਾ ਕੇ, ਜਦੋਂ ਕਿ ਸੂਰਜਵੀਰ ਨੇ ਗੱਡੀ ਬਿਲਕੁਲ ਕੱਚੇ ਉਤਾਰੀ ਵੀ ਆ ਜਦੋਂ ਆਪਾਂ ਵੀਡੀਓ ਜਾਂ ਫੋਟੋ ਵੇਖਦੇ ਹਾਂ, ਪਰ ਉਹਨੇ ਗਲਤ ਸਾਈਡ 'ਤੇ ਆ ਕੇ ਓਵਰਟੇਕ ਕਰਦਾ ਸੀ ਜਾਂ ਉਹਦੀ ਅੱਖ ਲੱਗ ਗਈ ਜਾਂ ਫੋਨ 'ਤੇ ਧਿਆਨ ਸੀ, ਪਤਾ ਨਹੀਂ, ਪਰਮਾਤਮਾ ਜਾਣਦਾ। ਅਤੇ ਇਹ ਮੰਦਭਾਗੀ ਘਟਨਾ ਵਾਪਰ ਗਈ, ਅਸੀਂ ਪੰਜਾਬ ਸਰਕਾਰ ਤੋਂ ਵੀ ਅਤੇ ਰਾਜ ਸੰਸਥਾ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰ। ਸਰਪੰਚ ਸਾਹਿਬ ਕਿਵੇਂ ਦੇਖਦੇ ਇਸ ਘਟਨਾ ਨੂੰ, ਕਿਉਂਕਿ ਪਰਿਵਾਰ ਦੇ ਜਿਹੜੇ ਮੈਂਬਰ ਆ ਜੇ ਇਸ ਵਕਤ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ? ਇਸ ਘਟਨਾ ਨੂੰ ਬਹੁਤ ਮੰਦਭਾਗੀ ਕਹਿੰਦੇ ਹਾਂ, ਕਿਉਂਕਿ ਅਸੀਂ ਇਕੱਠੇ ਰਹਿੰਦੇ ਹਾਂ, ਸਾਥੋਂ ਵਿਸ਼ਾ ਨਹੀਂ ਹੁੰਦਾ, ਕਿਉਂਕਿ ਹਰ ਰੋਜ਼ ਅਸੀਂ 10-10 ਬੰਦੇ ਇੱਥੇ ਇਕੱਠੇ ਬਹਿੰਦੇ ਹਾਂ, ਇਕੱਠੇ ਉੱਠਦੇ ਹਾਂ ਅਤੇ ਨਾਲ ਹੀ ਰਹਿੰਦੇ ਹਾਂ, ਅਤੇ ਹੁਣ ਜਦੋਂ ਦਾ ਇਹ ਭਾਣਾ ਵਰਤਿਆ ਸਾਨੂੰ ਆਪੋ ਕੋਈ ਨਹੀਂ ਸੋਝ ਰਹੇਗਾ। ਤੁਹਾਡੇ ਸਰਪੰਚ ਸਾਹਿਬ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਖਿਲਾਫ਼ ਕਿਸ ਤਰ੍ਹਾਂ ਮੰਗ ਕਰਦੇ ਆ? ਸਖ਼ਤ ਕਾਰਵਾਈ ਹੋਣੀ ਚਾਹੀਦੀ, ਸਾਡੇ 5 ਜੀ ਚਲੇ ਗਏ, ਇਹ ਕੋਈ ਖਾਲਾ ਜੀ ਦਾ ਵਰਡ ਤਾਂ ਹੈ ਨਹੀਂ ਗਾ ਵੀ ਆਪਾਂ ਕਹਿ ਦਈਏ ਵੀ ਇਹ ਤਾਂ ਚਲੇ ਗਏ ਤਾਂ ਚਲੇ ਗਏ, ਨਹੀਂ, ਉਸ ਘਰ ਸੁਣਨਾ ਹੋਗਾ, ਸਾਡਾ 1 ਬੰਦਾ ਹੀ ਰਹਿ ਗਿਆ ਇਸ ਘਰ ਦੇ ਵਿੱਚ। ਜਿਹੜੀ ਉੱਥੇ ਤੁਸੀਂ ਗਏ ਸੀਗੇ ਜੀ, ਉੱਥੇ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਆਸ਼ਵਾਸਨ ਦਿੱਤਾ ਗਿਆ? ਪੁਲਿਸ ਨੇ ਤਾਂ ਬਹੁਤ ਮਦਦ ਕੀਤੀ ਹੈ ਸਾਡੀ, ਸਾਡਾ ਸਾਰਾ ਕੁਝ ਬਹੁਤ ਜਲਦੀ ਕੀਤਾ ਉਹਨਾਂ ਨੇ। ਹਾਂ, ਉਹ ਪੰਜਾਬ ਸਰਕਾਰ ਤੋਂ ਕਿਸ ਤਰ੍ਹਾਂ ਤੁਸੀਂ ਮੰਗ ਕਰਦੇ ਹੋ? ਅਜੇ ਤੱਕ ਉਹ ਜਿਹੜੇ ਬੰਦੇ ਨੂੰ 2 ਦਿਨ ਲਈ ਆਇਆ ਸੀ ਉਹਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।